ਸੇਬੇ ਬੰਮ ਤੋਂ ਵੀ ਬਹੁਤ ਵਧੀਆ ਕੁਆਲਿਟੀ ਦਾ ਹੈ। ਅੱਛਾ, ਮੈਂ ਆਪ ਸਪੈਸ਼ਲੀ ਟਰਾਈ ਕੀਤਾ ਹੈ। ਦੇਖੋ ਇਹ ਹੈਂਡਮੇਡ ਹੈ ਜੀ, ਤੇ ਇਹ ਮਤਲਬ ਇਹਦੀ ਆਵਾਜ਼ ਕਿੰਨੀ ਦਾ ਆਵਾਜ਼ ਤੁਸੀਂ ਕਹੋਗੇ ਨਜ਼ਾਰਾ ਆ ਗਿਆ ਸਾਨੂੰ ਲੈ ਕੇ ਪਟਾਕੇ। ਅੱਛਾ, ਜਿਵੇਂ ਦੇਸੀ ਪੰਜਾਬੀ ਨਹੀਂ ਕਹਿੰਦੇ, ਅਸਤਰ ਚੀਜ਼ ਹੈ, ਨਜ਼ਾਰਾ ਆ ਗਿਆ ਚੀਜ਼, ਪੂਰੀ ਘੈਂਟ ਟਾਪ ਟਾਪ ਕਲਾਸ ਦੀ ਚੀਜ਼ ਆਣੀ। ਠੀਕ ਹੈ ਠੀਕ ਹੈ ਠੀਕ ਹੈ, ਬਾਰਾ ਨਹੀਂ ਤੁਸੀਂ ਸਿਰਫ ਇੱਕ ਨੂੰ ਅੱਗ ਲਾਉਣੀ ਆ। ਵੇਖੋ ਇਹਦੀ ਵੀ ਤਾਰ ਲੰਬੀ ਆ, ਇਹਨੂੰ ਲਾ ਦੇਣੀ, ਇਹਦੀ ਵੀ ਲੰਬੀ ਆ ਕਿ ਹਾਂ ਵੀ ਆਪਾਂ ਨੂੰ ਟਾਈਮ ਮਿਲ ਜੇ ਜਾਂ ਇੱਕਦਮ ਨਾ ਚੱਲ ਜੇ। ਠੀਕ ਹੈ ਠੀਕ ਹੈ, ਨਾਲੇ ਸਿੱਧਾ ਰੱਖ ਕੇ ਚਲਾਉਂਦੀ ਉੱਪਰ ਜਾ ਕੇ, ਇਹਦੇ ਵੀ ਬਹੁਤ ਸੋਹਣੇ ਚੱਲਣਗੇ। ਸਿਰਫ ਆਪਣੇ ਹੋਊਗਾ ਲਾਟਰੀ ਸਿਸਟਮ, ਹੋਰ ਕਿਤੇ ਨਹੀਂ ਹੋਊਗਾ, ਹੋਰ ਕਿਤੇ ਨਹੀਂ ਹੋਊਗਾ। ਹਾਂਜੀ, ਜਿਹੜੀ ਆਈਟਮ ਤੁਸੀਂ ਦੱਸੋਗੇ ਨਾਲ ਹੀ ਉਹ ਕੱਢੋਗੇ, ਨਾਲ ਹੀ ਕੱਢ, ਜੋ ਪਰਚੀ ਤੇ ਲਿਖੀ ਆਊਗੀ ਅਸੀਂ ਨਾਲ ਹੀ ਕੱਢ ਦਿੰਦੇ, ਨਾਲੇ 4 ਦਿਨ ਚੱਲਣਾ। ਉਹ ਕਿਸਮਤ ਹੈ ਜੀ, ਸਭ ਤੋਂ ਵੱਡਾ ਪ੍ਰਾਈਜ਼ ਤਾਂ ਮੈਨੂੰ ਦੱਸਿਆ 25 ਸ਼ਾਟ ਹੋਏਗਾ, 25 ਸ਼ਾਟ ਦਾ ਜੈਕ ਐਂਜਲ ਦਾ, ਜੈਕ ਐਂਜਲ ਦਾ ਉਹ ਇੱਕ ਹਿਸਾਬ ਦਾ ਅਸੀਂ ਆਪਦੇ ਵੱਲੋਂ ਦੇ ਰਹੇ ਹਾਂ ਤੁਹਾਨੂੰ। ਕਿੰਨੇ ਪ੍ਰਾਈਜ਼ ਕੱਢਨੇ ਆਪਾਂ? ਇਹ 100 ਜੀ, 100 ਪ੍ਰਾਈਜ਼ ਰੱਖ ਦਿੰਦੇ ਹਾਂ। ਹਾਂਜੀ, 4 ਦਿਨ ਚੱਲੇਗਾ, 4 ਦਿਨ ਲਗਾਤਾਰ ਚੱਲੇਗਾ, ਮਤਲਬ 4 ਤੋਂ ਜਿਵੇਂ ਅੱਜ 27 ਤਰੀਕ ਹੈ, ਠੀਕ ਹੈ, 1 ਤਰੀਕ ਤੱਕ, ਮਤਲਬ ਕੱਲ ਤੋਂ 28 ਤੋਂ ਸਾਡੇ ਲਾਟਰੀ ਸਿਸਟਮ ਦਿਵਾਲੀ ਤੱਕ ਚੱਲੂ, ਦਿਵਾਲੀ ਤੱਕ ਚੱਲੂ, ਦਿਵਾਲੀ ਤੱਕ ਚੱਲੂਗਾ। ਹਾਂ, ਦਿਵਾਲੀ ਵਾਲੇ ਦਿਨ ਤਾਂ ਹੋਊਗਾ ਹੋਊਗਾ, ਠੀਕ ਹੈ। ਦਿਵਾਲੀ ਵਾਲੇ ਦਿਨ ਨਹੀਂ ਹੋਏਗਾ ਜੀ, ਦਿਵਾਲੀ ਤੋਂ ਇੱਕ ਦਿਨ ਪਹਿਲਾਂ। ਅੱਛਾ, ਇੱਕ ਦਿਨ ਪਹਿਲਾਂ ਬੰਦ ਹੋਊਗਾ। ਇਹ ਆ ਦੋਸਤੋ ਮੋਗਾ ਦਾ ਕੋਟਕਪੂਰਾ ਚੌਂਕ। ਹੁਣ ਤਿਉਹਾਰਾਂ ਦੇ ਦਿਨ, ਦਿਵਾਲੀ ਆਉਣ ਵਾਲੀ ਆ ਥੋੜ੍ਹੇ ਦਿਨਾਂ ਤੱਕ, ਤਾਂ ਕੋਟਕਪੂਰਾ ਚੌਂਕ 'ਚ ਨਾ ਮੋਗੇ ਪਟਾਕਿਆਂ ਦੀ ਮਾਰਕੀਟ ਲੱਗੀ ਆ, ਉਹ ਆਪਾਂ ਦੇਖਣੀ ਆ, ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ। ਇੱਥੋਂ ਸ਼ੁਰੂ ਹੋ ਜਾਂਦੀ ਆ, ਇੱਕ ਬੱਚਾ ਆ ਦੀਵੇ ਦੂਏ ਰੱਖ ਕੇ ਬੈਠਾ, ਅਤੇ ਆਹ ਰੋਡ ਹੈਗਾ ਜਿੱਥੇ ਮਾਰਕੀਟ ਲੱਗਦੀ ਆ ਨਾ, ਕਾਰਾਂ ਦੀ ਮਾਰਕੀਟ ਲੱਗਦੀ ਆ, ਅਤੇ ਉਹ ਸਾਹਮਣੇ ਚੌਂਕ ਆ ਕੋਟਕਪੂਰਾ ਚੌਂਕ, ਇੱਧਰ ਕੋਟਕਪੂਰਾ ਚੌਂਕ, ਉਹ ਦੇਖੋ ਬੋਰਡ ਲੱਗਿਆ, ਇੱਥੋਂ ਮਾਰਕੀਟ ਸ਼ੁਰੂ ਹੋ ਜਾਂਦੀ ਆ ਪਟਾਕਿਆਂ ਦੀ, ਆਪਾਂ ਦੇਖਦੇ ਹਾਂ। ਆ ਦੇਖੋ, ਕਿਉਂਕਿ ਮੋਗੇ ਨਾ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਐਂ ਕੀਤਾ ਹੈਗਾ ਕਿ ਖੁੱਲ੍ਹੀ ਗਰਾਊਂਡ 'ਚ ਪਟਾਕਿਆਂ ਦੀਆਂ ਦੁਕਾਨਾਂ ਲਾਈਆਂ, ਮਤਲਬ ਅੱਗੇ ਤਾਂ ਬਾਜ਼ਾਰ 'ਚ ਆਪਾਂ ਲਾ ਸਕਦੇ ਸੀ, ਹੁਣ ਆ ਦੇਖੋ ਜਿਹੜੀਆਂ ਦੁਕਾਨਾਂ ਉਹ ਪੂਰੇ ਬਾਜ਼ਾਰ ਐਵੇਂ ਲੱਗੇ ਹੈਗੇ। ਕੀ ਹਾਲ ਵੀਰੇ? ਇਹ ਦੁਕਾਨ ਦਾ ਨਾਂ ਹੈਗਾ ਅਸ਼ੋਕ। ਇਹ ਬਹੁਤ ਵੱਡੀ ਦੁਕਾਨ ਲਾ ਪਟਾਕਾ ਵਾਲਿਆਂ ਦੀ। ਦੇਖੋ ਮੈਂ ਕਹਿੰਦਾ ਇੰਨੇ ਕੁ ਪਟਾਕੇ ਅਤੇ ਇੰਨੀਆਂ ਕੁ ਆਈਟਮਾਂ ਨਾ, ਜੇ ਇੱਕ ਇੱਕ ਪੀਸ ਵੀ ਲਈਏ ਤਾਂ ਮੇਰੇ ਹਿਸਾਬ ਨਾਲ ਬਣ ਜੂਗੀ 10-20 ਹਜ਼ਾਰ ਦੇ। ਕੀ ਹਾਲ ਵੀਰੇ? ਬਸ ਵਧੀਆ ਵੀਰੇ, ਡਿਟੇਲ ਦੱਸਿਓ ਆਪਣੀ ਦੁਕਾਨ ਦੀ, ਤੇ ਇਹ ਜਿਹੜਾ ਪਟਾਕਾ ਮਾਰਕੀਟ ਦੇ ਵਿੱਚ ਆਪਣੀ ਦੁਕਾਨ ਕਿੰਨਵੀਂ ਆ, ਤੇ ਕਿਹੜੀ ਕਿਹੜੀ ਆਈਟਮਾਂ ਵਾਲੇ ਆਈਡੀਆ ਜਾਂ ਦੇ ਦਿਓ ਵੀ ਸਾਡੇ ਗਾਹਕਾਂ ਨੂੰ ਸਾਰਾ ਪਤਾ ਲੱਗ ਜੇ, ਹਨਾ? ਠੀਕ ਹੈ ਵੀਰੇ। ਹਾਂ ਵੀਰੇ, ਪਹਿਲੀ ਗੱਲ ਤਾਂ ਆਪਣੀ 14 ਨੰਬਰ ਦੁਕਾਨ ਆ ਲਵ ਪਟਾਕਾ ਹਾਊਸ। ਠੀਕ ਹੈ ਜੀ, ਠੀਕ ਹੈ ਜੀ। ਆਪਣੀ ਜਿਵੇਂ ਹੈਗੀ ਦੁਕਾਨ, ਆਪਣੇ ਇੱਕ ਹੋਰ ਆ 9 ਨੰਬਰ ਦੁਕਾਨ ਆ, ਉੱਥੇ ਟੋਨੀ ਆ, ਟੋਨੀ ਦੀ ਉੱਥੇ ਬਾਹਰ ਬੋਰਡ ਲੱਗਾ ਟੋਨੀ। ਉਹ ਵੀ ਤੁਹਾਡੀ? ਹਾਂ, ਦੁਕਾਨ ਪਿੱਛੇ ਦੇਖੀ ਯਾਰ ਮੈਂ, ਬਹੁਤ ਵੱਡੀ ਦੁਕਾਨ ਆ ਉਹ। ਹਾਂਜੀ ਵੀਰੇ, ਉਹ ਵੀ ਸਾਡੀ ਦੁਕਾਨ ਆ ਜੀ। ਅੱਛਾ, ਹਾਂਜੀ ਵੀਰੇ। ਆਪਣੇ ਕੋਲ ਹੁਣ ਜੇ ਆਪਾਂ ਕੌਕ ਦਾ, ਆਪਾਂ ਕੌਕ ਦੀ ਸਟਾਰਟਿੰਗ ਕਰਦੇ, ਸਭ ਤੋਂ ਪਹਿਲਾਂ ਕੌਕ ਦੇ ਆਪਾਂ ਨੂੰ 60% ਆਫ ਮਿਲ ਰਿਹਾ, ਕੌਕ ਦੇ ਆਪਾਂ ਨੂੰ 60 ਹਰ ਇੱਕ ਚੀਜ਼ ਤੇ। ਹੁਣ ਜਿਵੇਂ ਜਿਹੜੀਆਂ ਵਿਸਲਸ ਆ ਕਈ, ਉਹ ਨੈਟ ਰੇਟ ਨੇ ਨਹੀਂ, 60% ਜਿਵੇਂ ਮੰਨ ਲਓ ਕੋਈ ਕਿਸੇ ਨੇ 5-7 ਹਜ਼ਾਰ ਰੁਪਇਆ ਦੇ ਲੈਣੇ ਆ ਉਹਦੇ ਲਈ, ਕਿ ਜਿਵੇਂ 1,000 ਰੁਪਏ ਦੇ ਲੈਣੇ ਉਹਦੇ ਲਈ ਵੀ ਨਹੀਂ, ਤੁਸੀਂ ਭਾਵੇਂ ਜਿਹੜੀ ਮਰਜ਼ੀ ਚੀਜ਼ ਲੈ ਲਓ, ਜੇ ਤੁਸੀਂ ਆਹ ਦੋ ਚੀਜ਼ਾਂ ਇਹਦੀਆਂ ਵੀ ਲੈਣੇ ਤੁਹਾਨੂੰ 60% ਜ਼ਰੂਰ ਮਿਲੂਗਾ। ਅੱਛਾ, ਹੁਣ ਜਿਵੇਂ ਆਪਾਂ ਕਹਿ ਦਿੰਦੇ ਆ ਆਪਾਂ ਇੱਕ ਡੱਬਾ ਚੱਕ ਲਿਆ, ਠੀਕ ਹੈ ਜੀ, ਹੁਣ ਇੱਕ ਡੱਬੇ ਦਾ ਹੈਗਾ 908 ਇੱਕ ਡੱਬੇ ਦਾ ਰੇਟ, ਇਹਦਾ ਤੁਸੀਂ 60% ਘਟਾ ਦਿਓ, ਜਿੰਨਾ ਤੁਹਾਨੂੰ ਰੇਟ 60% ਘੱਟ ਕੇ ਜਿੰਨਾ ਰੇਟ ਹੋਊਗਾ ਉਹ ਤੁਹਾਨੂੰ ਉਹਨਾਂ ਰੇਟ ਲੱਗ ਜਾਏਗਾ ਇੱਕ ਡੱਬੇ ਦਾ, ਇੱਕ ਡੱਬੇ ਦਾ। ਹਾਂਜੀ, ਚਾਹੇ ਕਿਹੜਾ ਮਰਜ਼ੀ ਚੱਕ ਲਈਏ, ਨਹੀਂ ਉਹ ਸਿਰਫ ਕੌਕ ਤੇ ਆ, ਕੌਕ ਤੇ ਆ, ਕੌਕ ਤੇ ਸਰਵ। ਜਿਹੜੇ ਉਹ ਨੇ ਜਿਹੜੇ ਆਪਣੇ ਦੂਜੇ, ਜਿਵੇਂ ਵਾੜੀ ਲਾਲ ਹੋ ਗਿਆ, ਸਨਸ਼ਾਈਨ ਹੋ ਗਿਆ, ਉਹਨਾਂ ਦਾ ਰੇਟ ਆਪਣਾ ਆਪ ਲੱਗਾ, ਉਹ ਆਪਾਂ ਪਹਿਲਾਂ ਹੀ ਤੁਹਾਨੂੰ ਲੈਸ ਲਾ ਕੇ ਦੱਸਾਂਗੇ। ਓਕੇ, ਆਪਾਂ ਗਾਹਕ ਨੂੰ ਕੋਈ ਮਾੜੀ ਚੀਜ਼ ਨਹੀਂ ਦੇਣੀ ਆਪਾਂ, ਕਿਉਂਕਿ ਆਪਾਂ ਨੂੰ ਇਹ ਵੀ ਪਤਾ ਕਿ ਆਪਾਂ ਵੀ ਗਾਹਕ ਨੂੰ ਅੱਗੇ ਵੀ ਬੁਲਾਉਣਾ ਆਪਾਂ, ਕਿ ਆਪਾਂ ਵਧੀਆ ਚੀਜ਼ ਵੇਖਣੀ, ਨਾਲੇ ਆਪਣੀ ਕੁਆਲਿਟੀ ਹੁੰਦੀ ਹਰ ਇੱਕ ਚੀਜ਼ ਦੀ। ਠੀਕ ਹੈ, ਹੁਣ ਜਿਵੇਂ ਆਪਾਂ ਆਪ ਦੇ ਡੱਬੇ ਵੀ ਹੋ ਗਏ, ਇਹ ਆਪਾਂ 200 ਦਾ ਵੇਚ ਰਹੇ ਹਾਂ ਇੱਕ ਡੱਬਾ, ਇਹਦੇ ਵਿੱਚ 50 ਪੀਸ ਹੁੰਦੇ ਨੇ, 50 ਪੀਸ ਹੁੰਦੇ ਨੇ 200 ਦਾ ਡੱਬਾ, ਤੇ ਆਪਾਂ ਨੂੰ ਨਾਲੇ ਆਪਾਂ ਪੂਰੀ ਗਰੰਟੀ ਦੇਵਾਂਗੇ ਕਿ ਹਰ ਇੱਕ ਪਟਾਕਾ ਚੱਲੂਗਾ ਇਹ 'ਚ। ਠੀਕ ਹੈ, ਤੁਹਾਡੇ ਕੋਲ ਕੰਪਨੀਆਂ ਕਿੰਨੀ ਹੈਗਾ, ਜਿਵੇਂ ਕੌਕ ਕਿਹਾ ਹੈਗਾ, ਕੰਪਨੀ ਤੋਂ ਨੂੰ ਕਿਵੇਂ ਦੱਸੀ ਕਿ ਹਰ ਇੱਕ ਕੰਪਨੀ ਦੇ 50-50 ਆਈਟਮਾਂ ਆ ਰਹੀਆਂ ਜੀ, ਸਾਰੀਆਂ ਕਾਮਯਾਬ, ਸਾਰੀਆਂ ਕਾਮਯਾਬ। ਹੁਣ ਜਿਵੇਂ ਹੁਣ 25-25 ਸਕਾਈ ਸ਼ਾਟ ਨੇ, ਠੀਕ ਆ, 25 ਸ਼ਾਟ ਸਕਾਈ, ਉਹਨਾਂ ਦੇ ਵੀ ਅੱਡ ਅੱਡ ਨੇ, ਇੱਕ ਜੈਕ ਐਂਜਲ ਦਾ ਪਿਆ ਆਪਣੇ ਕੋਲ, ਸਨਸ਼ਾਈਨ ਦਾ ਪਿਆ, ਇੱਕ ਇੰਜੋਏ ਦਾ ਪਿਆ ਵਾ ਆਪਣੇ ਕੋਲ, ਇੱਕ ਦੇ ਕਾ ਹੋਰ ਪਿਆ ਵਾ, ਮਿਨੀਮਮ 25 ਆ, ਹਾਂਜੀ ਮਿਨੀਮਮ 15 ਸ਼ਾਟ ਆ,
दिखाने वधिया चीज जिहड़ी आ कंपनियां ने शॉर्टा दी नंबर वन कंपनी है गूगल ते भी बोलती है गूगल ते भी बोलती नंबर वन कंपनी है असीं गाहक नूं आपे प्रेफर करदे आ वी तुसीं आ कंपनी दा लो गारंटी कोई नी सानू लिया के रखना पैंदा क्योंकि कॉम्पीटिशन है असि गाहक नू फोर्स करने तुसीं वधिया चीज लो क्यों असि चीज वधिया वेचांगे तां साडे कोल गाहक आएगा अपने को मल्टी है दो तरीके एक मल्टी है अल्ट्रा लगे आप टॉप क्वालिटी देवांगे साडे को वैसे दो क्वालिटी एक मरकरी दा एक आए सन इंडिया दा सन हां जी अल्ट्रा ब्लू कलर दा जेड़ा स्काई ब्लू कलर दा जेड़ा सी ग्रीन कलर एक क्रैकलिंग वाला ही ठीक है 1500 रुपए का चक्री चलदी जिवें अपना माल है ना सारा जो भी अपने को स्टॉक पिया जगमग जगमग कर दी फीलिंग आएगी पिक्चर्स खिंच रहे नवी आइटम आई है इस बार पूरी आइटम कितने मिलने शुरू साडे को नहीं आई नहीं कि बस एक बार होगा कट्टो कट पिया इन्हें पिया पिचनी खिचनी है तोड़ी है सिर्फ एक पटाके ने ते अग एक बारी बस एक बारी मचाणी है इन्हें तोड़ी जिवें कह नहीं दिंदे जिवें डीएसआर दी अपनी फ्लैश लाइट बज गई कैमरा इन्होंने बनाया हुआ है आइटम नवी आई है बिल्कुल टॉप दी क्वालिटी है सनशाइन कंपनी दी है
ਤੁਸੀਂ ਸਰ ਤੁਹਾਨੂੰ ਅਸੀਂ ਕਹਿ ਰਹੇ ਤੁਸੀਂ ਕੋਈ ਵੀ ਜਿਹੜਾ ਗੂਗਲ ਤੇ ਚੈੱਕ ਕਰ ਸਕਦੇ ਹੋ ਤੁਸੀਂ ਨੰਬਰ 1 ਸਨਸ਼ਾਈਨ ਦੇ ਸ਼ਾਰਟਸ ਹੀ ਆਉਂਦੇ ਨੇ ਓਕੇ ਨਾਲੇ ਜੇ ਚ ਵੀ ਕੋਈ ਮਿਸ ਹੋ ਗਿਆ ਸਾਡੀ ਗਾਰੰਟੀ ਆ ਤੁਸੀਂ ਸਾਡੇ ਕੋਲ ਜਦੋਂ ਮਰਜ਼ੀ ਆ ਜਾਓ ਭਾਵੇਂ ਤੁਹਾਨੂੰ ਅਸੀਂ ਪੱਪਾ ਤੁਹਾਨੂੰ ਵਾਪਸ ਕਰਕੇ ਦੇਵਾਂਗੇ ਇੱਕ ਵੀ ਵੀਡੀਓ ਬਣਾ ਲਿਓ ਤੁਸੀਂ ਹਰ ਸਾਲ ਲੈ ਕੇ ਆਉਨੇ ਹੋ ਤੁਹਾਨੂੰ ਪਤਾ ਹੈਗਾ ਹਨਾ ਹਾਂਜੀ ਬਿਲਕੁਲ ਆਹ ਕੰਪਨੀਆਂ ਵੇਚਣੀਆਂ ਜੇ ਕੋਈ ਨਵਾਂ ਉਹ ਤੁਸੀਂ ਟਰਾਈ ਕਰਕੇ ਲੈ ਆਓ ਅਸੀਂ ਟਰਾਈ ਕਰਕੇ ਲੈ ਕੇ ਆਵਾਂਗੇ ਅਸੀਂ ਆ ਟਰਾਈ ਕੀਤੀ ਹੈ ਅੱਜ ਰਾਜੂ ਕੰਨਾ ਦਾ ਮਾਰ ਰਹੀ ਅਸੀਂ ਚੈੱਕ ਕੀਤਾ ਤੇ ਰਾਜੂ ਮੈਂ ਚੈੱਕ ਕੀਤਾ ਚਲਾ ਕੇ ਆਪਣੇ ਘਰੇ ਜਾ ਕੇ ਡੱਬੀ ਲੈ ਕੇ ਗਿਆ ਚੈੱਕ ਕੀਤਾ ਮੈਨੂੰ ਤਾਂ ਦੱਸ ਰਿਹਾ ਕਿਉਂਕਿ ਮੈਨੂੰ ਪਤਾ ਨਹੀਂ ਸੀ ਕੀ ਹੈ ਨਾ ਉਹ ਉਹੀ ਹੈ ਨਾ ਜਿਹੜੀਆਂ ਨਵੀਆਂ ਆਈਟਮਾਂ ਉਹ ਪਤਾ ਨਹੀਂ ਹੁੰਦਾ ਕੀ ਹੈ ਬਿਲਕੁਲ ਸਹੀ ਤੇ ਹੋਰ ਬ్రో ਕੋਈ ਆਤਿਸ਼ਬਾਜੀ ਚ ਹੋ ਆ ਵੇਖੋ ਹੁਣ ਇਹ ਸਾਡੇ ਕੋਲ ਆਇਆ ਮੈਗਾ ਐਲੀਫੈਂਟ ਜਿਵੇਂ ਸੇਬਾ ਬੰਬ ਨਹੀਂ ਹੁੰਦਾ ਇਹ ਉਹ ਚੀਜ਼ ਆ ਉਹ ਸੇਬ ਨਹੀਂ ਹੁੰਦਾ ਹੀ ਸੇਬੇ ਬੰਬ ਤੋਂ ਵੀ ਬਹੁਤ ਵਧੀਆ ਕੁਆਲਿਟੀ ਦਾ ਹੈ ਅੱਛਾ ਮੈਂ ਆਪ ਸਪੈਸ਼ਲੀ ਟਰਾਈ ਕੀਤਾ ਇਹ ਦੇਖੋ ਇਹ ਹੈਂਡਮੇਡ ਹੈ ਤੇ ਇਹ ਮਤਲਬ ਇਹਦੀ ਆਵਾਜ਼ ਕਿੰਨੀ ਦਾ ਆਵਾਜ਼ ਤੁਸੀਂ ਕਹੋਗੇ ਨਜ਼ਾਰਾ ਆ ਗਿਆ ਸਾਨੂੰ ਲੈ ਕੇ ਪਟਾਕੇ ਅੱਛਾ ਜਿਵੇਂ ਦੇਸੀ ਪੰਜਾਬੀ ਨਹੀਂ ਕਹਿੰਦੇ ਅਸਤਰ ਚੀਜ਼ ਹੈ ਨਜ਼ਾਰਾ ਆ ਗਿਆ ਚੀਜ਼ ਪੂਰੀ ਕੈਂਟ ਟਾਪ ਟਾਪ ਕਲਾਸ ਦੀ ਚੀਜ਼ ਹੈ ਮੈਂ ਆਪ ਡੱਬਾ ਮੈਂ ਡੱਬਾ ਪੂਰਾ ਚਲਾਇਆ ਇਹ ਤਾਂ ਮਿਸ ਵੀ ਕੋਈ ਨਹੀਂ ਹੋਊਗਾ ਇੱਕ ਵੀ ਮਿਸ ਨਹੀਂ ਹੋਊਗਾ ਜੇ ਇੱਕ ਵੀ ਮਿਸ ਹੋ ਗਿਆ ਨਾ ਸਾਡੇ ਕੋਲ ਆ ਜਾ ਤੁਹਾਨੂੰ ਅਸੀਂ ਨਵਾਂ ਡੱਬਾ ਦਵਾਂਗੇ ਉਹਨਾਂ ਨੇ ਦੇਖੋ ਜਿਵੇਂ ਤੁਸੀਂ ਆਮ ਆਲੂ ਬੰਮ ਦੇਖਦੇ ਹੋ ਉਹਨਾਂ ਦਾ ਪੇਪਰ ਨਹੀਂ ਲੱਤਦਾ ਇਹਦਾ ਪੇਸਪ ਹੈਂਡਮੇਡ ਰਸੀਆਂ ਦੇ ਨਾਲ ਕੋਈ ਇਹ ਕੋਈ ਇਹਦੇ ਦੂਜੀ ਚੀਜ਼ ਨਹੀਂ ਪਾਈ ਹੋਈ ਆਰਾਮ ਨਾਲ ਚੱਲਦੀ ਹੈ ਨਾਲੇ ਇਹ ਬੰਦੇ ਨੂੰ ਭੱਜਣ ਦਾ ਟਾਈਮ ਦਿੰਦੀ ਹੈ ਬਿਲਕੁਲ ਸਹੀ ਜਿਵੇਂ ਕਈ ਚੀਜ਼ਾਂ ਹਾਂ ਅਸੀਂ ਉਹ ਨਹੀਂ ਮੰਗਾਉਂਦੇ ਉਹ ਨਾ ਸੇਬਾ ਬੰਬਾ ਹੱਥ ਬਹੁਤ ਫਟਦਾ ਅਸੀਂ ਇਹਦੇ ਛੁਰਲੀ ਲਵਾਈ ਹੈ ਵੀ ਆਰਾਮ ਨਾਲ ਚੱਲੇ ਮਤਲਬ ਆਹ ਟਾਈਮ ਲੱਗਦਾ 10 20 ਸੈਕਿੰਡ ਬਿਲਕੁਲ ਬਿਲਕੁਲ ਸਹੀ ਆ ਵੇਖੋ ਇਹਦੀ ਵਾਇਰ ਲੰਬੀ ਹੁੰਦੀ ਹੈ ਇਹਦੀ ਆ ਵੇਖੋ ਤੁਸੀਂ ਇਹਦੀ ਇੰਨੀ ਲੰਬੀ ਵਾਇਰ ਇਹ ਨਿਕਲ ਵੀ ਜਾਵੇ ਤਾਂ ਨਿਕਲ ਵੀ ਜਾਵੇ ਤਾਂ ਵੀ ਦੁਬਾਰਾ ਪੈ ਜਾਏਗੀ ਉਹ ਤਾਂ ਪਟਾਸ਼ ਨੂੰ ਅੱਗ ਜਾਊਗੀ ਹਲੋ ਇਹ ਇੰਨੀ ਇੰਨੀ ਲੰਬੀ ਹੈ ਤਾਂ ਓਕੇ ਓਕੇ ਕੀ ਪਤਾ ਲੱਗੇ ਹਾਂ ਵੀ ਕਿ ਆਪਾਂ ਨੂੰ ਟਾਈਮ ਮਿਲ ਜੇ ਇੱਕ ਤਾਂ ਇੰਨੀ ਨਿੱਕੀ ਨਿੱਕੀ ਹੁੰਦੀ ਹੈ ਤਾਂ ਮਿੰਟ ਲੱਗਦਾ ਫੋਟੋ ਲੈ ਕੇ ਇਹਨੂੰ ਟਾਈਮ ਲੱਗੂ ਤੁਸੀਂ ਜਿੱਥੇ ਖੜੇ ਹੋਣਾ ਤੁਸੀਂ ਉੱਥੇ ਜਾ ਕੇ ਜਾਵੜੋਗੇ ਤੇ ਆਰਾਮ ਨਾਲ ਜਾਵੜੋਗੇ ਭਾਵੇਂ ਭੱਜ ਕੇ ਜਾਵੜੋ ਠੀਕ ਹੈ ਉੱਥੇ ਤੁਸੀਂ ਆਰਾਮ ਨਾਲ ਪਹੁੰਚੋਗੇ ਤੁਹਾਡਾ ਉਹ ਤੋਂ ਬਾਅਦ ਟਾਕਾ ਫੁੱਟੇਗਾ ਤੇ ਜਦੋਂ ਫੁੱਟੇਗਾ ਨਾ ਆਵਾਜ਼ ਗੂੰਜੂਗੀ ਇਹਦੀ ਇਹ ਪਤਾ ਲੱਗ ਜਾਊਗਾ ਮਤਲਬ ਤੁਹਾਡੇ ਕੋਲ ਆਈਟਮਾਂ ਸਾਰੀਆਂ ਵਧੀਆ ਹੁਣ ਯਾਰ ਵੱਡੀਆਂ ਆਈਟਮਾਂ ਚਲੋ ਤੁਸੀਂ ਦੱਸਤੀਆਂ ਛੋਟੇ ਬੱਚਿਆਂ ਲਈ ਵੀ ਜਿਵੇਂ ਹੈਗੀਆਂ ਆਪਣੇ ਕੋਲ ਆਲਮੋਸਟ ਸਾਰੀਆਂ ਹੈਗੀਆਂ ਆ ਦੇਖੋ ਜੀ ਨਵੀਂ ਚੀਜ਼ ਹੈ ਇਹਨੇ ਸਟਾਰਸ ਕੱਢਨੇ ਆਪਾਂ ਸਟਾਰਸ ਦੇਖਦੇ ਆ ਨਾ ਨਿੱਕੇ ਨਿੱਕੇ ਸਟਾਰਸ ਕੱਢਨੇ ਆ ਜਾਂ ਗੋਲਡਨ ਕੱਢੂ ਇਹ ਪੜਾਕਣੀ ਮਾਰੇਗਾ ਇਹ ਪੜਾਕਣੀ ਮਾਰਦਾ ਨਹੀਂ ਪੜਾਕਣੀ ਮਾਰੇਗਾ ਸਿੰਪਲ ਚੱਲੇਗਾ ਇਹ ਜਿਵੇਂ ਅਨਾਰ ਨਹੀਂ ਚੱਲਦੇ ਜਿਵੇਂ ਛੋਟੇ ਨਾਰ ਹੋਗੇ ਜਿਵੇਂ ਬਿਲਕੁਲ ਐ ਪੂਰੇ ਵਧੀਆ ਲੱਗਦੇ ਜਿਵੇਂ ਸਪਾਰਕਲਿੰਗ ਦੇ ਵਿੱਚ ਇਹ ਉਹ ਚੀਜ਼ ਵਿੱਚ ਆ ਜਾਊਗੀ ਇਹ ਠੀਕ ਨਾਲੇ ਸੌਖੀ ਨੂੰ ਫੁੱਲ ਚੜੀ ਲਓ ਬਸ ਇਹਦੇ ਉੱਤੇ ਰੱਖੋ ਤੇ ਨਾਲ ਹੀ ਅਗਲਾ ਕਿਤੇ ਨਾਲ ਹੀ ਬਸ ਸੋਰੀ ਦੱਸ ਖਤਮ ਠੀਕ ਹੈ ਠੀਕ ਇਹਦਾ ਕੋਈ ਪਟਾਕੜੀ ਫੋਟੋ ਨਾਲੇ ਤੁਹਾਨੂੰ ਦੱਸ ਦਿੰਦੇ ਆ ਵਿੰਗਸ ਲੱਗੇ ਨੇ ਤੇ ਬੱਚੇ ਹੈਲੀਕਾਪਟਰ ਹੈਲੀਕਾਪਟਰ ਬਹੁਤ ਮੰਗਦੇ ਆ ਇਹ ਹੈਲੀਕਾਪਟਰ ਆ ਇਹ ਇਹਨੂੰ ਬੰਬਲ ਵੀ ਵੀ ਕਹਿੰਦੇ ਆ ਹਾਂਜੀ ਡੱਬੇ ਦੇ ਨਾਮ ਇਹਦਾ ਬੰਬਲ ਵੀ ਨਾਲੇ ਵੈਟਬਲ ਦਾ ਨਾਲੇ ਵੈਟਬਲ ਦਾ ਕੋਈ ਦੇਸੀ ਕੰਪਨੀ ਇਹਨਾਂ ਨਾਲੇ ਜਿਵੇਂ ਆਪਾਂ ਸਿੰਪਲ ਜਿਵੇਂ ਆ ਆ ਗਈ ਸਿੰਪਲ ਬਟਰਫਲਾਈ ਆ ਗਈ ਇਹ ਥੋੜੀ ਹਾਈਟ ਇੰਨੀ ਕਿੰਨੀ ਹੈ ਇਹਦੀ ਹਾਈਟ ਇੰਨੀ ਹੁੰਦੀ ਹੈ ਇਹਦੀ ਹਾਈਟ ਇੰਨੀ ਹੁੰਦੀ ਹੈ ਸਿਰਫ ਇਹ ਵੀ ਉੱਡਦੀ ਹੈ ਇਹਦਾ ਪੜਾਕਣੀ ਇਹਦਾ ਵੀ ਪੜਾਕਾ ਨਹੀਂ ਬਸ ਇਹ ਵਿਸਲਿੰਗ ਮਾਰ ਕੇ ਘੁੰਮ ਜਾਣਾ ਇਹਨੇ ਥੋੜੀ ਦੇ ਹਵਾ ਚ ਘੁੰਮਣਾ ਬੱਚੇ ਨੂੰ ਵਧੀਆ ਲੱਗਦਾ ਹਾਂਜੀ ਬੱਚੇ ਨੂੰ ਮਤਲਬ ਅਟਰੈਕਟਿਵ ਚੀਜ਼ ਹੈ ਇਹ ਤੇ ਇੱਕ ਜਿਹੜੀ ਆ ਚੀਜ਼ ਹੋ ਗਈ ਇਹਦੇ ਲੱਗੇ ਪਾਰੇ ਦੇ ਪਰ ਵੀ ਲੱਗੇ ਨੇ ਹਾਂ ਇਹ ਛੋਟੇ ਛੋਟੇ ਹੈਲੀਕਾਪਟਰ ਵਾਂਗੂ ਇਹ ਕਿੰਨੇ ਪੀਸ ਇਹ ਪਰ ਵੀ ਲੱਗੇ ਨੇ ਇਹ 5 ਪੀਸ ਨੇ ਨਾਲੇ ਹਵਾ ਇੱਥੋਂ ਤੱਕ ਆਰਾਮ ਨਾਲ ਉੱਡ ਸਕਦੇ ਹੈ ਐ ਉੱਡਣ ਕੇ ਜਿਵੇਂ ਤਿਤਨੀ ਉੱਡਦੀ ਹੈ ਉਹ ਚੀਜ਼ ਉਵੇਂ ਉੱਡੂਗੀ ਠੀਕ ਆ ਇਹ ਸਾਰੇ ਸ਼ਾਰਟ ਹੀ ਲੱਗੇ ਹਾਂਜੀ ਆਪਣੇ ਸਾਰੇ ਸ਼ਾਰਟ ਲੱਗੇ ਜਿਵੇਂ ਆ 25 ਸ਼ਾਰਟ ਹੋ ਗਏ ਜਿਵੇਂ ਆ 30 ਸ਼ਾਰਟ ਹੋ ਗਏ ਹਾਂਜੀ ਠੀਕ ਆ ਠੀਕ ਆ ਓਕੇ ਹਾਂਜੀ ਹੁਣ ਜਿਵੇਂ ਆ ਵਾਲਾ ਕੀ ਹੈ ਯਾਰ ਆ ਬਾਕਸ ਪਏ ਹੈਗੇ ਇਹ 12 ਸਟਾਰ ਹੈ ਜਿਹੜੇ ਇਹ ਵੀ 12 ਸਟਾਰ ਸ਼ਾਰਟ ਆ ਜਿਹੜੇ ਉੱਪਰ ਜਾ ਕੇ ਟੱਕੇ ਮਾਰਦੇ ਸਿੰਪਲ ਹੈ ਇਹ ਸਿੰਪਲ ਆ ਇਹ ਸਿੰਪਲ ਜਾ ਕੇ ਉਹਨਾਂ ਨੇ ਪਟਾਕਾ ਮਾਰ ਦੇਣਾ ਆਈਡੀਆ ਕਿੰਨੇ ਦੀ ਆਈਟਮ ਆ ਇਹ 150 ਦੀ ਆਈਟਮ ਹੈ 150 ਦੀ ਆ ਹਾਂਜੀ ਤੇ ਇੱਕ ਇੱਕ ਹੀ ਪੜਾਕਾ ਹੁੰਦਾ ਇੱਕ ਇੱਕ ਕਰਕੇ 12 ਚੱਲਨੇ 12 ਚੱਲਨੇ ਤੁਹਾਨੂੰ ਮੈਂ ਤੁਹਾਨੂੰ ਆਪਾਂ ਪੀਸ ਵੀ ਦਿਖਾ ਦਿੰਦੇ ਆ ਕੋਈ ਚੱਕਰ ਨਹੀਂ ਆ ਵੇਖੋ ਇਹ ਆਹ ਚੀਜ਼ ਆ ਇਹ ਆ ਚੀਜ਼ ਆ ਹਾਂ 12 ਆ ਦੇਖੋ 12 ਨੇ ਠੀਕ ਹੈ ਠੀਕ ਹੈ ਠੀਕ ਹੈ 12 ਨੇ ਤੁਸੀਂ ਸਿਰਫ ਇੱਕ ਨੂੰ ਅੱਗ ਲਾਉਣੀ ਆ ਵੇਖੋ ਇਹਦੀ ਵੀ ਤਾਰ ਲੰਬੀ ਆ ਇੱਕ ਫੀਤੇ ਨੂੰ ਲਾ ਦੇਣੀ ਇਹਦੀ ਵੀ ਲੰਬੀ ਆ ਕਿ ਹਾਂ ਵੀ ਆਪਾਂ ਨੂੰ ਟਾਈਮ ਮਿਲ ਜੇ ਜਾਂਦਾ ਇੱਕਦਮ ਨਾ ਚੱਲ ਜੇ ਠੀਕ ਹੈ ਠੀਕ ਹੈ ਨਾਲੇ ਸਿੱਧਾ ਰੱਖ ਕੇ ਚਲਾਉਂਗੇ ਉੱਪਰ ਜਾ ਕੇ ਇਹਦੇ ਵੀ ਬਹੁਤ ਸੋਹਣੇ ਚੱਲਣਗੇ ਠੀਕ ਹੈ ਇਹ ਵੀ ਆ ਸਸਤੀ ਹੋਈ ਆ ਹਾਂਜੀ ਇਹ ਵੀ ਚੀਜ਼ ਸਸਤੀ ਆ ਆਪਾਂ ਤੁਹਾਨੂੰ ਕਹਿ ਰਹੇ ਆਪਣਾ ਹੋਲਸੇਲ ਦਾ ਰੇਟ ਹੈ ਨਾਲੇ ਹਰ ਇੱਕ ਚੀਜ਼ ਵਧੀਆ ਹੋਊਗੀ ਜੇ ਕੋਈ ਵੀ ਤੁਹਾਨੂੰ ਹੁੰਦੀ ਆ ਵੀ ਹਾਂ ਵੀ ਕੰਪਲੇਂਟ ਆ ਰਹੀ ਹੈ ਤੁਹਾਨੂੰ ਸਾਡੀ ਗਾਰੰਟੀ ਅਸੀਂ ਤੁਹਾਨੂੰ ਨਵਾਂ ਡੱਬਾ ਦੇਵਾਂਗੇ ਜੇ ਕੋਈ ਵੀ ਮਿਸ ਹੁੰਦਾ ਚਾਹੋ ਦੋਸਤੋ ਇਹ ਦੇਖ ਲਓ ਇਹਨਾਂ ਦੀ ਦੁਕਾਨ ਕਿੰਨੀ ਵੱਡੀ ਆ ਕਿੰਨਾ ਸਟਾਕ ਲੱਖਾਂ ਦਾ ਹੈਗਾ ਪਰ ਰੇਟ ਸਾਰਿਆਂ ਦਾ ਜਾਇਜ਼ ਆ ਤੁਸੀਂ ਜਦੋਂ ਮਰਜ਼ੀ ਆਓ ਕੋਟਕਪੂਰਾ ਚੌਂਕ ਤੇ ਅੱਜ ਸ਼ਾਮੀ ਆਓ ਕੱਲ ਆਓ ਪਰਸੋਂ ਆ ਦੀਵਾਲੀ ਤੱਕ
ਇਹਨਾਂ ਤੋਂ ਲੈ ਸਕਦੇ ਆਪਾਂ ਠੀਕ ਆ ਬ੍ਰੋ ਬਿਲਕੁਲ ਹਾਂ ਆਪਣੇ ਕੋਲ ਫੁੱਲ ਚੜੀ ਵੀ ਹੈਗੀ ਆਪਣੇ ਕੋਲ ਕਲਰ ਫੁੱਲ ਚੜੀਆਂ ਵੀ ਹੈਗੀਆਂ ਸਿੰਪਲ ਫੁੱਲ ਚੜੀਆਂ ਵੀ ਹੈਗੀਆਂ ਜਿਹੜੀ ਆਈਟਮ ਗਾਹਕ ਮੰਗੂਗਾ ਵੀ ਐਵੇਂ ਦੀ ਚਾਹੀਦੀ ਆ ਉਹ ਸਾਰਾ ਕੁਝ ਹੋਊਗਾ ਉਹ ਆਪਣੇ ਕੋਲ ਹਰ ਸਾਨੂੰ ਲਿਆਉਣੀ ਪੈਂਦੀ ਹੈ ਕਿਉਂਕਿ ਹਰ ਇੱਕ ਗਾਹਕ ਦਾ ਆਪਦਾ ਅੱਡ ਹੁੰਦਾ ਆਪਣੇ ਕੋਲ 2000 ਲੜੀ ਪਈ ਹੈ ਕੁੱਕੜ ਬੰਬਾਂ ਦੀ ਉਹ ਵੀ ਸਾਹਮਣੇ ਤੇ 1000 ਵਾਲੀ ਵੀ ਪਈ ਆ ਆ ਵਾਲੀ ਹਾਂਜੀ ਓਕੇ ਨਹੀਂ ਨਹੀਂ ਦੂਸਰੀ 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 ਨਾਲ ਦੀ ਹਾਂਜੀ ਠੀਕ ਹੈ 2000 ਜਿਪੜਾਕਾ ਮਾਰਨਾ ਤੇ ਕਿੰਨੇ ਇਹ ਕਿੰਨੇ ਦਾ ਵਧੀਆ ਕੰਪਨੀ ਕਿੰਨੇ ਪੈਸੇ ਆਈਡੀਆ ਆਪਾਂ ਜੇ ਤੁਸੀਂ ਉਹ ਲਓਗੇ ਹਾਂ ਉਹਦਾ ਸਰ ਰੇਟ ਕਿੰਨਾ ਵਾ ਉਹਦਾ ਰੇਟ ਹੈ ਕਿ 800 800 ਦਾ ਰੇਟ ਆ ਪਰ ਜੇ ਹਾਂ ਠੀਕ ਹੈ ਪਰ ਆਪਾਂ ਜੇ ਸਹੀ ਸਹੀ ਦੀ ਲੈਣੀ ਜਿਵੇਂ ਉਹਨਾਂ 2000 ਵਾਲਾ ਹੈ ਠੀਕ ਹੈ ਨਾ ਇਹਦੇ ਘੱਟੋ ਘੱਟ ਦਾ ਰੇਟ ਹੋਊਗਾ 1000 ਦਾ ਹੋਊਗਾ 1000 ਦਾ ਹਾਂਜੀ ਆਪਾਂ ਕਹਿ ਦਿੰਦੇ ਉਹਦਾ ਰੇਟ ਸਸਤਾ ਪਰ ਜੋ ਉਹ ਪਟਾਕੇ ਮਾਰੂਗਾ ਜੋ ਇਹ ਪਟਾਕੇ ਮਾਰੂਗਾ ਤੁਹਾਨੂੰ ਡਿਫਰੈਂਸ ਆਫ ਪਤਾ ਲੱਗੂਗਾ ਉਹਦਾ ਕੁਆਲਿਟੀ ਦਾ ਫਰਕ ਹੋਊਗਾ ਹਾਂਜੀ ਅਸੀਂ ਕੁਆਲਿਟੀ ਦਾ ਫਰਕ ਲੱਗਦਾ 2000 ਲਿਖਿਆ ਨਾ ਉਹ ਤੁਹਾਨੂੰ ਨਿਕਲਣੇ 1500 ਇਹ 2000 ਨਿਕਲੇ ਚ 2000 ਪੂਰੀ 2000 ਚ ਇੱਕ ਇੱਕ ਪਟਾਕਾ ਉਹ ਮਿਸ ਵੀ ਮਾਰ ਸਕਦਾ ਅਸੀਂ ਤੁਹਾਨੂੰ ਆਪ ਕਹਿ ਰਹੇ ਹਾਂ ਉਹ ਚੀਜ਼ ਮਿਸ ਮਾਰ ਸਕਦੀ ਇਹ ਵੀ ਬਹੁਤ ਵੱਡੀ ਆਈਟਮ ਪਰ ਇਹ ਚੀਜ਼ ਮਿਸ ਨਹੀਂ ਮਾਰ ਸਕਦੀ ਇਹਦਾ ਪਤਾ ਲੱਗੂ ਹਾਂ ਵੀ ਆਪਾਂ ਜਿਵੇਂ ਕਹਿ ਰਹੇ ਸੀ ਤੇ ਲੜੀ ਵਿਛਾਤੀ ਹਾਂ ਵੀ ਸੜਕਾਂ ਤੇ ਇਹ ਉਹ ਚੀਜ਼ ਹੈ ਇਹ ਉਹ ਚੀਜ਼ ਹੈ ਬਿਲ ਹਰ ਹਰ ਇੱਕ ਇੱਕ ਪਟਾਕਾ ਚੱਲੂਗਾ ਉਹਦਾ ਠੀਕ ਹੈ ਠੀਕ ਹੈ ਬਹੁਤ ਵਧੀਆ ਆਪਣੇ ਕੋਲ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਪਈ ਹੈ ਆਪਾਂ ਨੂੰ ਕੋਈ ਕਿਸੇ ਚੀਜ਼ ਦੀ ਕੰਪਲੇਂਟ ਨਹੀਂ ਆਊਗੀ ਠੀਕ ਹੈ ਇਹ ਬੋਰਡ ਦਿਖਾ ਦਿਓ ਇੱਕ ਵਾਰ ਬੋਰਡ ਆਪਣਾ 14 ਨੰਬਰ ਦੁਕਾਨ ਹੈ ਠੀਕ ਹੈ ਲਵ ਹਾਊਸ ਪਟਾਕਾ ਜਦੋਂ ਮਰਜ਼ੀ ਵਿਜ਼ਿਟ ਕਰ ਜਿਓ ਠੀਕ ਹੈ ਜੀ ਧੰਨਵਾਦ ਤੁਹਾਡਾ ਬ੍ਰੋ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਲੋਟਰੀ ਸਿਸਟਮ ਆਪਣਾ ਸਿਰਫ ਆਪਣੇ ਹੋਊਗਾ ਲੋਟਰੀ ਸਿਸਟਮ ਹੋਰ ਕਿਤੇ ਨਹੀਂ ਹੋਊਗਾ ਹੋਰ ਕਿਤੇ ਨਹੀਂ ਹੋਊਗਾ ਹਾਂਜੀ ਜਿਹੜੀ ਆਈਟਮ ਤੁਸੀਂ ਦੱਸੋਗੇ ਨਾਲ ਹੀ ਉਹ ਕੱਢੋਗੇ ਨਾਲ ਹੀ ਕੱਢ ਜੋ ਪਰਚੀ ਤੇ ਲਿਖੀ ਆਊਗੀ ਅਸੀਂ ਨਾਲ ਹੀ ਕੱਢ ਦਿੱਤੇ ਨਾਲ 4 ਦਿਨ ਚੱਲਣਾ ਉਹ ਕਿਸਮਤ ਹੈ ਜੀ ਸਭ ਤੋਂ ਵੱਡਾ ਪ੍ਰਾਈਸ ਤੁਹਾਨੂੰ ਦੱਸਿਆ 25 ਸ਼ਾਟ ਹੋਏਗਾ 2500 ਦਾ ਜੈਕ ਐਂਡ ਜਲ ਦਾ ਜੈਕ ਐਂਡ ਜਲ ਦਾ ਉਹ ਇੱਕ ਹਿਸਾਬ ਦਾ ਅਸੀਂ ਆਪ ਦੇ ਵੱਲੋਂ ਦੇ ਰਹੇ ਹਾਂ ਤੁਹਾਨੂੰ ਕਿੰਨੇ ਪ੍ਰਾਈਸ ਕੱਢਨੇ ਆਪਾਂ ਇਹ 100 ਜੀ 100 ਪ੍ਰਾਈਸ 100 ਹਾਂਜੀ 4 ਦਿਨ ਚੱਲੇਗਾ ਚਾਰ ਦਿਨ ਲਗਾਤਾਰ ਚੱਲੇਗਾ ਮਤਲਬ 400 ਤੋਂ 28 ਤੋਂ ਸਾਡੇ ਲਾਰਡ ਸਿਸਟਮ ਤੇ ਦਿਵਾਲੀ ਤੱਕ ਚੱਲੂ ਦਿਵਾਲੀ ਤੱਕ ਚੱਲੂ ਦਿਵਾਲੀ ਤੱਕ ਚੱਲੂਗਾ ਹਾਂ ਦਿਵਾਲੀ ਵਾਲੇ ਦਿਨ ਤਾਂ ਹੋਊਗਾ ਹੋਊਗਾ ਠੀਕ ਹੈ ਦਿਵਾਲੀ ਵਾਲੇ ਦਿਨ ਨਹੀਂ ਹੋਏਗਾ ਜੀ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਅੱਛਾ ਇੱਕ ਦਿਨ ਪਹਿਲਾਂ ਬੰਦ ਹੋਊਗਾ ਕਿਉਂਕਿ ਦਿਵਾਲੀ ਤੇ ਤੁਹਾਨੂੰ ਪਤਾ ਹੈ ਕਸਟਮਰਸ ਹੁੰਦੇ ਉਦੋਂ 29 30 31 ਉਦੋਂ ਟਾਈਮ ਨਹੀਂ ਨਾ ਹੁੰਦਾ ਠੀਕ ਹੈ 4 ਦਿਨ ਚੱਲੂਗਾ ਹਾਂਜੀ ਠੀਕ ਹੈ ਜੀ ਬਹੁਤ ਆਈਟਮਾਂ ਹੈਗੀਆਂ ਆਜੋ ਬੱਚੋ ਆਜੋ ਦੋਸਤੋ ਜਿੰਨੇ ਲੈਣੇ ਹਨਾ ਲੈ ਸਕਦੇ ਹੋ ਹਾਂਜੀ ਹੁਣ ਆਪਾਂ ਦੂਸਰੀ ਦੁਕਾਨ ਦਿਖਾਉਣੀ ਆ ਤੁਹਾਨੂੰ ਵੈਸੇ ਅਸ਼ੋਕ ਕੋਚਰ ਪਟਾਕੇ ਵਾਲੀ ਲਿਖਿਆ ਪਰ ਆ ਦੂਸਰੀ ਦੁਕਾਨ ਆ ਦੇਖੋ ਕੋਟਕਪੂਰਾ ਚੌਂਕ ਮੋਗਾ ਦੇ ਵਿੱਚ ਇਹ ਬਾਈ ਹੁਣ ਵੇਚਦੇ ਆ ਪਟਾਕੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵਧੀਆ ਚਾਹੀਦੇ ਅੱਗੇ ਕੁਛ ਦੁਕਾਨਾਂ ਅੱਗੇ ਬਣ ਰਹੀਆਂ ਆ ਦੇਖੋ ਇਹ ਸ਼ਾਇਦ ਅੱਜ ਮਾਰਕੀਟ ਆ ਕਾਰਾਂ ਦੀ ਉਹਦਾ ਕਰਕੇ ਨਹੀਂ ਇਹ ਸਾਰੀਆਂ ਦੁਕਾਨਾਂ ਕੱਲ੍ਹ ਤੱਕ ਬਣ ਜੂਗੀਆਂ ਇਸ ਸਾਈਡ 'ਤੇ ਵੀ ਹੁਣ ਇੱਧਰ ਦਿਖਾਉਂਦੇ ਹਾਂ ਤੁਹਾਨੂੰ ਮੇਨ ਮਾਰਕੀਟ ਮੈਂ ਕਹਿੰਦਾ ਤੁਸੀਂ ਆਈਡੀਆ ਲਾਇਓ ਇੱਕ ਦੁਕਾਨ ਦੇ ਵਿੱਚ 20-25 ਲੱਖ ਦੇ ਤਾਂ ਆਰਾਮ ਨਾਲ ਪਟਾਕੇ ਹੋਊਗੇ ਹੋਊਗੇ ਕੋਈ ਹੋਲਸੇਲ ਵਾਲੇ ਕਿਸੇ ਨੇ ਖਰੀਦਣੇ ਆ ਉਹ ਵੀ ਸਾਰੇ ਇੱਥੋਂ ਹੀ ਖਰੀਦਦੇ ਆ ਕਿਸੇ ਨੇ ਰਿਟੇਲ 'ਚ ਖਰੀਦਣੇ ਆ ਪਟਾਕੇ ਉਹ ਵੀ ਸਾਰੇ ਇੱਥੋਂ ਹੀ ਖਰੀਦਦੇ ਆ ਦੇਖੋ ਇਹ ਵੀ ਦੁਕਾਨ ਹੈਗੀ ਆ ਦੇਖ ਲਓ ਤੁਸੀਂ ਕਿਸੇ ਨੇ ਪਟਾਕੇ ਲੈਣੇ ਆ ਤਾਂ ਇਹਨਾਂ ਤੋਂ ਲੈ ਸਕਦੇ ਹਨ ਇੱਕ ਇੱਥੇ ਦੁਕਾਨ ਬਣਾਉਣੀ ਆ ਇਹ ਵੀ ਬਣ ਰਹੀ ਆ ਆਹ ਅਗਲੀਆਂ ਦੁਕਾਨਾਂ ਵੀ ਬਣ ਰਹੀਆਂ ਆ ਦੇਖੋ ਪਰ ਇੱਥੇ ਬੋਰਡ ਬੋਰਡ ਨਹੀਂ ਲੱਗਿਆ ਅੱਜ ਲਾ ਰਹੇ ਇਹ ਹੋਰ ਬਹੁ ਕੀ ਹਾਲ ਆ ਲਾ ਰਹੇ ਅੱਜ ਪਟਾਕੇ ਲਾ ਰਿਹਾ ਇੱਧਰ ਦੇਖੋ ਆਹ ਲਾਈ ਜਾਂਦੇ ਅੱਜ ਕਿਵੇਂ ਅੱਜ ਲਾ ਰਿਹਾ ਦੁਕਾਨ ਹੈਂ ਅੱਛਾ ਹੋਰ ਬਹੁ ਕੀ ਹਾਲ ਆ ਤੇਰੀ ਦੁਕਾਨ ਕਿਹੜੀ ਆ ਆਹੀ ਆ ਠੀਕ ਆ ਅੱਜ ਲੇਟ ਕਿਉਂ ਹੋ ਗਿਆ ਤੂੰ ਅੱਜ ਕਿਉਂ ਲਾ ਰਿਹਾ ਲੋਕ ਤਾਂ ਬੜੇ ਦਿਨਾਂ ਦੇ ਲੱਗੇ ਆ ਹੈਂ ਅੱਛਾ ਠੀਕ ਆ ਠੀਕ ਆ ਤੇ ਬੋਰਡ ਬੂਰਡ ਉੱਤੇ ਬਣਾਇਆ ਦੁਕਾਨ ਦੇ ਉੱਪਰ ਅੱਛਾ ਠੀਕ ਆ ਠੀਕ ਆ ਬਾਕੀ ਹੋਲਸੇਲ ਤੇ ਰਿਟੇਲ ਦੋਨੇ ਹੀ ਆ ਹਨਾ ਠੀਕ ਆ ਇਹ ਬਾਈ ਦੀ ਦੁਕਾਨ ਆ ਕੀ ਨਾਂ ਕੀ ਆ ਹੈ ਤੇਰਾ ਨਾਮ ਕੀ ਆ ਬਰਿੰਦਰ ਕੁਮਾਰ ਇਹ ਬਰਿੰਦਰ ਕੁਮਾਰ ਦੀ ਦੁਕਾਨ ਆ ਠੀਕ ਆ ਇੱਥੇ ਬੋਰਡ ਬੂਰਡ ਅੱਜ ਟੰਗ ਦੇਣਗੇ ਇਹ ਇੱਧਰ ਵੀ ਦੁਕਾਨ ਲੱਗੀ ਜਾਂਦੀ ਆ ਲਾਈ ਜਾਂਦੇ ਕੱਲ੍ਹ ਤੱਕ ਲੱਗ ਜੂਗੀ ਇੱਧਰ ਤਾਂ ਲੱਗੀ ਹੈ ਵੀ
दौलतपुर वाले की दुकान। और देखो मार्केट देखो पूरी इधर, ये तो भाई ने सजा सजुके रखे है वीरे। की हाल है, किन्ने दिन हो गए दुकान लगी नू? ओके, रिटेल ते सारा कुछ, होलसेल सारा कुछ ठीक है? ठीक है, रेट जायज ही है, सही है, जमा ठीक है। किसी ने भी लेने आ तो इत्थे कोटपुरे तो आ सकता है ना, कोटपुरा चौंक च मोगे ठीक है। तो हुण यार जिहड़े बाजारां च पहलां लाउंदे सीगे ओह हुण जिवें दुकानां मना करतीआं, सरकार ने बंद करतीआं। अच्छा ठीक है, ते आ जिहड़ी खाली दुकानां इह कदों लगणीआं? ਇਹ ਵੀ ਬਸ ਜਾਂ ਕੱਲ ਨੂੰ ਲੱਗ ਜਾਣਾ ਆ, ਪਰਸੋਂ ਲੱਗ ਜਾਣਾ, ਅੱਜ ਲੱਗ। ਠੀਕ ਆ, ਕੁਛ ਦੁਕਾਨਾਂ ਖਾਲੀ ਆ ਕਿਉਂਕਿ ਲਾਇਸੈਂਸ ਤਾਂ ਲਏ ਹੋਏ ਆ ਪਟਾਕਿਆਂ ਦੇ, ਪਰ ਇੱਕ ਦੁਕਾਨਾਂ ਖਾਲੀ ਆ। ਅਗਲੀ ਦੁਕਾਨ ਆ ਦੇਖੋ, ਇਹ ਵੀ ਲਾਈ ਜਾਂਦੇ ਆ ਬਾਈ। ਅੱਗੇ ਵੀ ਫੁੱਲ ਆ ਦੁਕਾਨ ਇਹ ਵੀ लाई जाते, बोर्ड नहीं लग्या। अगलिया दुकान आप दिखाने, आ देखो कश्यप, कश्यप पटाके ही पटाके, कोटपुरा बाईपास मोगा, ये एड्रेस हैगा मोगे दे विच, ये दुकाना हैगियां। ते आ देखो अगे आ गई पायल फायर वर्कस, तगड़ी दुकान आ देखो, गाहक भी खड़े है। कितनी बड़ी दुकान है, है ना? हाँ जी बड़े। होर भीरे की हाल है, तेरी वीडियो बनानी है? ऐसा रेट सही है तेरा, है ना? जय जी रेट ओके, गाहक आई जाते हूँ, चल वधिया। पटाके बड़िया आइटम है ना, तुसी किसी भी दुकान तो पटाके खरीद सकते हो, सारिया दुकाना होलसेल ते आ, क्योंकि बाजार दे विच मार्केट नहीं लगी, ये सारी मार्केट जिहड़ी आ ये उरे लगी हैगी बाईपास ते। आ देखो आइटम कदे देखे नहीं होनिया, एडे एडे वड्डे पटाके, इन्नी आतिशबाजियां। आ देखो इधर का माहौल, क्योंकि अज ऐतवार का दिन आ, तो दिवाली दिन चार पंज ही रह गए। डाले वाले यार अड्डा, पटाके ही पटाके लाए, इहदा दुकान का भी नाम घैट ही आ, जट सौदा लिखिया, फोन नंबर लिखिया बाई का। देखो किड्डी वड्डी दुकान, किन्ना स्टॉक आ इत्थे। मैं कहना गाहक भी आई जांदे आ, देखो किन्ने, हरेक दुकान पर थोनू गाहक, मगरली दुकान पर भी खड़े आ, इस दुकान पर भी देख लो। सस्सी मैडम, ये टोनी पतंगा वाला है ना, ये तो बई पतंगा का करके मशहूर होना मोके च, है ना? बई दियाँ पतंगा लग दी ता करके नाम हैगा टोनी पतंगा वाला, पर हुण पटाके आ। देखो गाहक खड़े आ दुकान च, इंदी दुकान च मैं लगता तुसी आइडिया लो सारिया नू वध पटाके होऊंगे बई दुकान च। बाकी सारा कुछ होलसेल आ, किसी भी दुकान पर लो होलसेल च रेट मिलेगा। तुसी किसी नू भी फोन करना, फोन कर सकते हो, पूछ सकते हो एड्रेस वगैरह, है ना? ये देखो अगली दुकान श्री राम फायर वर्कस, किड्डिया किड्डिया बड़िया दुकाना, है ना? किन्ना किन्ना स्टॉक इन्ना को, सत्त नंबर दुकान है ठीक है, ये हैगी छे नंबर, मतलब उधरों शुरू हुई दुकान, इधर घट दियाँ जा गोपाल पटाके वाले। ये भी देखो ये तो गाहक किन्ने दुकान पर, है ना? क्योंकि बच्चे तंग करते हैं ना फिर दिवाली तो पहला। बाकी ये हैगा दुकाना वाले भी खरीद आए। और भाई की हाल, देखो किन्ने गाहक खड़े आ, इतों होलसेल रेटा पटाके मिलते हैं बाला जी फायर वर्कस।
भाई राखी वाले इधर भी दुकान घैंट भरी हुई भी रेन लखां दा स्टॉक आ बाकी बच्चों दी मनपसंद हैगियां बंस बंसल फायर वर्कस ये शॉप नंबर 3 हैगी आ की हाल वीरे सत श्री अकाल वीरे कैमें होलसेल रेट ते आ सारा कुछ हाँ जी भाई ठीक आ गोपाल फायर वर्कस ये तो कोटपुरा बाईपास ते इन्हां दी दुकान आ जिहड़ियां दुकानां पड़ाकियां दीआं उहदे विच तीजे नंबर ते दुकान तीजे नंबर ते आ ना ठीक आ हाँ 3 नंबर दे दुकान देखो स्टॉक भी लखां दा पता नहीं 30 लख दा होवे 50 लख दा होवे है ना चलो ते गाहक आई जांदे हुण कि घट आ नहीं चली जांदा ही कस्टमर चली जांदा इक कस्टमर नहीं मान लो 20,000 दा माल लै जांदा कोई बच्चा क्योंकि थोड़े तो दुकानां वाले भी लेके आंदे होणे दुकानदार सारे लेके आंदे ठीक आ नाले हुण यार बाजार वाला काम बंद हो गया ਜਿਵੇਂ ਅੱਗੇ ਬਾਜ਼ਾਰ ਚ ਬਾਜ਼ਾਰ ਚ ਤਾਂ ਬੰਦ ਆ ਹਾਂਜੀ ਸਾਰੇ ਓਵੇਂ ਬੰਦ ਆ ਚੋਰੀ ਲਾਈ ਲੂਈ ਜਾਂਦੇ ਥੋੜੇ ਵਾਲੇ ਹਨਾ ਲੋਕ ਜਿਵੇਂ ਛੋਟੇ ਛੋਟੇ ਦੁਕਾਨਦਾਰ ਕੀ ਮੰਨ ਲਓ 20-25,000 ਦਾ ਮਾਲ ਲੈ ਕੇ ਉਹ ਦੁਕਾਨਾਂ ਤੇ ਵੇਚ ਲੈਂਦੇ ਉਹ ਮੱਲੇ ਚ ਵੇਚਦੇ ਹਨਾ ਮੱਲਿਆਂ ਚ ਮੇਨ ਬਾਜ਼ਾਰ ਤਾਂ ਬੰਦ ਆ ਹਨਾ ਮੇਨ ਬਾਜ਼ਾਰ ਉਦਾਂ ਨਹੀਂ ਲੱਗਦੇ ਹੁਣ ਜਿੱਦਾਂ ਇਹ ਸਾਰੇ ਫਿਰ ਲਾਇਸੈਂਸ ਹੀ ਲਾਇਸੈਂਸ ਹਾਂਜੀ ਚਲੋ ਵਧੀਆ ਯਾਰ ਠੀਕ ਆ ਇਹ ਸਟਾਕ ਆ ਇਹਨਾਂ ਕੋਲੇ ਬਹੁਤ ਕਿਸੇ ਨੇ ਵੀ ਲੈਣਾ ਆਪਾਂ ਖਰੀਦ ਸਕਦੇ ਆ ਨੰਬਰ ਲਿਖਿਆ ਹੈਗਾ अगली दुकान बिट्टू एंड मिठू पटाके वाला किड्डी वड्डी दुकान बाइया की इन्हों की भी किन्ना स्टॉक हैगा तो बेचने वाले भी 4-5 बैठे आ भाई की हाल स्टॉक भी बहुत आ दुकान च मैं कहना 50 लख का होगा है ना होर भाई गाहक आई जाते हूँ चलो वधिया अगली दुकान देखिए ये हैगी है एसेट तो लास्ट पहली दुकान आ सरदार पटाका हाउस इन्हां दी इस साइड तो पहली दुकान आ बाईयां दी जदों कोटपुरा बाईपास ते आवांगे आ सामने बाईपास आ देखो गड्डियां चल रही ते उत्थों बाईयां दी पहली दुकान आ देखो होर बहू की हाल आ स्टॉक बहुत आ इन्हां कोले भी इस साइड ते तां बस पहली दुकान आ आ सारी मार्केट जिहड़ी तुहानू दिखाई आ किसी ने भी पटाके खरीदने आ जिवें मोगे दे आले दुआले दे पिंडां च नेड़े दे पिंडां च तां ओह इत्थों खरीद सकदे इस मार्केट चों कोटपुरा बाईपास